ਕੀਤਾ ਜਾਏ ਹੁਣ? ਦੇਖੋ ਜੀ, ਇਹ ਮਨੁੱਖੀ ਅਧਿਕਾਰਾਂ ਦਾ ਦੇਸ਼ ਆ, ਸ਼ਾਂਤੀਪੂਰਨ ਦੇਸ਼ ਆ, ਬਹੁਤ ਵਧੀਆ ਦੇਸ਼ ਆ। ਇਹਦੀ ਜਿਹੜੀ ਸ਼ਾਂਤੀ ਭੰਗ ਕਰਨੀ ਆ, ਜਿਹੜੀ ਸਟਰੀਟ ਫਾਈਟਾਂ ਹੋ ਰਹੀਆਂ ਆ, ਜਿਹੜੇ ਪੱਕਾ ਹੀ ਜਿਹੜਾ ਤੁਸੀਂ 128-70 ਦੇ ਦੱਸਦੇ ਆ ਨਾ, ਇਹ ਇੰਟਰਨੈਸ਼ਨਲ ਸਟੂਡੈਂਟ ਆ। ਇਹ ਜਿੱਦਾਂ ਕਹਿ ਲਓ ਵੀ ਇੱਕ ਮੁੰਡਾ ਜਿਹੜੇ ਜਿਹਨੂੰ ਇਹ ਨੀ, ਉਹ ਮੁੰਡਾ ਵਿੱਚ ਨਾਬਾਲਗ ਨਹੀਂ, ਉਹ ਜਿਹਨੂੰ ਇਹ ਨੀ ਕੁੱਟਿਆ ਗਿਆ, ਉਹ ਮੁੰਡਾ ਐਵੇਂ ਉਹ ਉਹਨੂੰ ਕੁੱਟ ਦਿੱਤਾ, ਉਹ ਉੱਥੇ ਖੜਾ ਸੀਗਾ, ਉਹਨੂੰ ਅੱਗੇ ਆਉਣਾ ਚਾਹੀਦਾ। ਅੱਗੇ ਭਾਈ ਸਾਹਿਬ ਦੱਸ ਕੇ ਕਾਰਾਂ ਦੇ ਜਿੱਦਾਂ ਕਹਿ ਲਓ ਵੀ ਨੰਬਰ ਲੈ ਕੇ, ਤੇ ਬਾਕੀ ਜੀ ਸਟਰੀਟ ਇਹ ਕਾਨੂੰਨ ਬਣ ਜਾਣਾ ਚਾਹੀਦਾ ਵੀ 50,000 ਦਾ ਫਾਈਨ ਜਾਂ 1,00,000 ਦਾ ਫਾਈਨ ਸਟਰੀਟ ਦੇ ਉੱਤੇ ਜਿਹੜਾ ਲੜਦਾ। ਇਹ ਗੁੰਡਾਗਰਦੀ ਜਿਹੜੀ ਉੱਥੋਂ ਆਈ ਨਾ ਸਟੂਡੈਂਟ, ਇਹ ਹੈਗੇ ਸੁੱਖਾ ਕਾਲਮਾ ਵਾਲੇ ਦੇ ਸ਼ਗਿਰਦ ਜਾਂ ਵਿੱਕੀ ਕਾਊਂਟਰ ਦੇ। ਇਹ ਗੁੰਡਾਗਰਦੀ ਮੈਂ ਕਹਿੰਦਾ ਹਾਂ ਨਾ, ਇੱਕ ਬਿਮਾਰੀ ਆ, ਇਹ ਬਿਮਾਰੀ ਉਧਰੋਂ ਆ ਰਹੀ, ਚਿੱਟਾ ਜਿਹੜੇ ਖਾਂਦੇ ਆ, ਜਿਹਨੇ 1,00,000 ਰੁਪਇਆ ਲਾ ਕੇ ਇੱਧਰ ਭੇਜ ਦਿੱਤੇ, ਜਿਹੜੇ ਬੜੇ ਵਧੀਆ ਸਟੂਡੈਂਟ ਜਿਹੜੇ ਆ।